ਬ੍ਰੇਕ ਵਾਲਾ ਵਾਰ ਬਾਈ ਓਏ ਆਹ ਪੰਜਾਬ ਆ ਮੀਂਹ ਨੀ ਪਿਆ ਹੈਗਾ ਜੱਗੇ ਨੇ ਟਰਾਲਾ ਲਿਆ ਬਾਈ ਨਜ਼ਾਰਾ ਲਿਆ ਤਾ ਬਾਈ ਦੇਖੋ 18 ਫੁੱਟ ਟਰਾਲੇ ਨੇ ਤਾਰਾ ਸਿੰਘ ਬਿਲਗਾ ਨੇ ਬਾਈ ਨਜ਼ਾਰਾ ਆ ਗਿਆ ਠੰਡੇ ਹੋਏ ਪਏ ਐਨ ਪੂਰੇ ਲਓ ਜੀ ਬਾਈ 18 ਫੁੱਟ ਦਾ ਪੂਲ ਬਣਾਇਆ ਅੱਜ ਪਾਣੀ ਭਰ ਕੇ ਗਰਮੀ ਵੀ ਤੁਹਾਨੂੰ ਦੱਸ ਨਹੀਂ ਸਕਦੇ ਬਾਈ ਇੱਕ ਗੱਲ ਹੈ ਵੀ ਭਾਈ ਦਾ ਇੰਨਾ ਬੁਰਾ ਹਾਲ ਤਾਂ ਬਾਈ ਤਾਂ ਕਰਕੇ ਬਾਈ ਦੋ ਟਰਾਲੇ ਲੱਗੇ ਇੱਕ ਐ ਨੂੰ ਲੱਗੇ ਇੱਕ ਐ ਨੂੰ ਸਭ ਦਾ ਹੀ ਭਲਾ ਹੋ ਗਿਆ ਨਾਲੇ ਜੱਗਿਆ ਨਾਲੇ ਜੱਗਿਆ ਟਰਾਲਾ ਚੈੱਕ ਹੋ ਗਿਆ ਟਰਾਲਾ ਪਾਸ ਬਾਈ ਨਜ਼ਾਰਾ ਵਿੱਚ ਪੂਰਾ ਨਜ਼ਾਰਾ ਵਿੰਦਰ ਭਾਈ ਕਹਿੰਦਾ ਨਜ਼ਾਰਾ ਕੰਮ ਖਰਾਬ ਆ ਕਿੰਨਾ ਕਾਈ ਨਜ਼ਾਰਾ ਏ ਭਾਈ ਬਣ ਗਈ ਦੇਖਤਾ ਜੱਗੇ ਬਾਈ ਇੱਕ ਜੱਟ ਚ ਬਣ ਗਈ ਇੱਕ ਜੱਟ ਹਾਂ ਜੱਗੇ ਜੱਗੇ ਵਾਲੇ ਘਰ ਨੂੰ ਰਸਤਾ ਬਣ ਗਿਆ ਲੁੱਕ ਪਾਤੀ ਬਾਈ ਆ ਦੇਖੋ ਲੁੱਕ ਪਾਤੀ ਮਲਕੀਤ ਬਾਈ ਉਹ ਬਾਈ ਲੁੱਕ ਪਾਤੀ ਜੱਗੇ ਨਾਲ ਕਰਕੇ ਤੈਨੂੰ ਆਪਣੇ ਆਪ ਨੂੰ ਡਿੱਡਾ ਕਰ ਲਾ ਚੱਲ ਪਿਆ ਕੰਮ ਬਾਈ ਜੱਗੇ ਕਿਹੜੀ ਲੁੱਕ ਪਾਉਂਦੇ ਆ ਨੀ ਕਿਹੜੀ ਲੁੱਕ ਪਾਉਂਦੇ ਆ ਬ੍ਰੇਕ ਵਾਲਾ ਵਾਰ ਬਾਈ ਓਏ ਆ ਪੰਜਾਬ ਆ ਮੀਂਹ ਨੀ ਪਿਆ ਹੈਗਾ ਜੱਗੇ ਨੇ ਟਰਾਲਾ ਲਿਆ ਆ ਬਾਈ ਸੁਖੀ ਬਾਈ ਇਹ ਪੂਲ ਹੈਗੇ ਡਬਈ ਨਹੀਂ ਹਾਂ ਇਹ ਪੂਲ ਨੀ ਹੈਗੇ ਇਹ ਕੈਨੇਡਾ ਚ ਵੀ ਨੀ ਹੈਗੇ
ਬਾਈ ਸਾਰਿਆਂ ਨੇ ਪਾਤਾ ਥੋੜਾ ਥੋੜਾ ਯੋਗਦਾਨ। ਚੱਲ ਚੱਲ ਆਪਣੇ ਜਹਾਜ਼ ਲੈ ਲਓ, ਹੁਣ ਘੁੱਬਲ ਤਾਂ ਰਹਿਣੀ ਓ ਰਹਿਣੀ ਆ ਬਾਈ। ਹੈਲੀਕਾਪਟਰ ਲੈ ਲਓ ਆਪਣਾ, ਬੂਟਾ ਹੁਣ ਤੁਹਾਨੂੰ ਮਿਲ ਵੀ ਜਾਣਾ ਕਿ ਨਹੀਂ ਬਾਈ? ਬਾਈ ਅਮਰਗੀਤ ਬਾਈ, ਕੱਲ ਨੂੰ ਪਾਣੀ ਭਰ ਕੇ ਟਰਾਲੀ ਚ ਬੂਟਾ ਪਾ ਕੇ ਆਈਏ। ਆਹ ਹਾਲ ਆ ਬਾਈ ਘੁੱਬਲ ਦਾ, ਦੇਖੋ ਕਿਹੜੇ ਹਿਸਾਬ ਨਾਲ ਮਿੱਟੀ ਉੱਡਦੀ ਆ। ਲਓ ਜੀ ਬਾਈ, ਬਦਲ ਬਦਲ ਬਾਰੀ ਆਈ ਜਾਂਦੀ, ਹੁਣ ਟਰੈਕਟਰ ਪਾ ਗਈ, ਬੰਦੇ ਕਿਤੇ ਪਿੱਛੇ ਜਾਣਾ, ਨਜ਼ਾਰੇ ਲੈ ਰਹੇ ਸਾਰੇ ਬਾਈ ਵਿੱਚ। ਇਹ ਬਾਈ ਸਾਹਮਣੇ ਨੂੰ ਵੀ ਗੇੜਾ ਲਾਤਾ, ਪਿੱਛੇ ਨੂੰ ਵੀ ਲਾਤਾ, ਹੁਣ ਭੂਰੀ ਨਾਲੇ ਖੇਤ ਕੰਨੀ ਨੂੰ ਵੀ ਪਾਈਪ ਲਾਈਨ ਦੱਬ ਹੋਈ, ਅਤੇ ਹੁਣ ਉੱਧਰ ਨੂੰ ਲਾਉਣਾ ਗੇੜਾ ਲਾਸਟ ਗੇੜਾ। ਜੱਗੇ ਦੇ ਬਾਈ ਦੰਦ ਕੰਬਦੇ ਹੋਏ ਇੱਧਰ ਨਾਲੇ, ਉਹ ਜੱਗੇ ਬਰਫ ਮਾ ਲਾਇਆ ਵਾ, ਦੰਦ ਕਿਹੜੇ ਕੰਬਦੇ ਆ, ਠੰਡ ਲੱਗਦੀ ਆ। ਹੁਣ ਦਿਖਾਉਣੀ ਹੈਗੀ, ਤੂੰ ਠੀਕ ਹੈ? ਬਾਈ ਨਜ਼ਾਰਾ ਆ ਗਿਆ, ਠੰਡੇ ਹੋਏ ਪਏ ਐਨ ਪੂਰੇ, ਮੋਟਰ ਨੂੰ ਘਰ ਪੂਰੀ ਬਾਈ ਸਪਰੇ ਕਰਨ ਪਹੁੰਚਿਆ ਪਿਆ। ਹਾਂ ਬਾਈ, ਕਿਆ ਆ ਗਿਆ ਬਾਈ ਗੰਨੇ ਪਰ? ਗੰਨੇ ਚ ਕੱਖ ਹੋ ਗਿਆ। ਅੱਛਾ, ਚੱਲੋ ਬਾਈ, ਜੱਗੂ ਦਾ ਡੈਡੀ ਵੀ ਆ ਗਿਆ। ਸਤਿ ਸ੍ਰੀ ਅੰਕਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਚੱਲਦਾ ਕੰਮ ਜੀ ਵਧੀਆ? ਬਸ ਲਾਈ ਜਾਂਦੀ ਦਿਹਾੜੀ ਪੂਰੀ ਤੇ ਆਸਰੇ ਨੂੰ। ਪੂਰੀ ਤੁਸੀਂ ਪੰਪ ਦੂਏ ਹੀ ਲਏ ਪਏ? ਇਹੀ ਵਧੀਆ ਜੀ ਸਾਡੇ ਪਹੇ ਹੋਏ ਹੀ ਆ। ਨਹੀਂ, ਕਾਮਯਾਬ ਇਹੀ ਆ ਪੰਪ ਬਾਈ। ਹਾਂਜੀ, ਆ ਹੈਂਡਲ ਵਾਲੇ ਨਾ, ਰੋਟੀ ਖਾਣ ਨੂੰ ਵੀ ਮਸ਼ੀਨ ਲਿਆ ਫਿਰ। ਹਾਂ ਇਹ ਤਾਂ ਹੈ ਜੀ। ਇਹ ਬਾਈ ਦੂਏ ਪੰਪ ਹੈ। ਪੂਰੀ ਕਿੰਨੇ ਪੰਪ ਲਾ ਚੁੱਕੇ ਬਾਈ? ਕਿੱਲੇ ਦੇ ਕਿੱਲੇ ਲਾ ਜਾਂਦੇ, 8-9 ਪੰਪ। ਹੁਣ ਤੱਕ ਕਿੰਨੇ ਲਾਤੇ? ਉਧਰ ਲਾਤੇ ਮੈਂ 7 ਲਾਤੇ, ਉਧਰ 7 ਲਾਚੇ ਹੁਣ ਤੱਕ। 8 ਮੈਂ ਇੱਧਰ ਲਾਤੇ।
ਨਾ ਨਾ ਠੀਕ ਹੈ। ਕਿਆ ਚੀਜ਼ ਹੋ ਗਈ ਵਿੱਚ? ਹੈਂ ਢਿੱਲਾ ਹੋ ਗਿਆ ਕੱਖ ਜਾ ਅੱਬਲ ਜਾ ਇਹ ਸੌਖਾ ਜਾ ਉਹ ਚੀਜ਼ ਹੈ। ਚੱਕ ਤੂੰ ਗਰੀਬੀਆਂ ਤੜਕੇ ਤੜਕੇ ਹੀ ਹਾਂ ਕੱਦਾ ਲੱਗਿਆ ਮੈਂ ਜਿਹੜਾ 10 ਵਜੇ ਤੇ ਵਿਹਲਾ ਵਿਹਲਾ ਕੰਮ ਹੋ ਗਿਆ 6 ਵਜੇ ਲੱਗਿਆ ਦਿਖਾ ਦੇ ਕੰਨੇ ਰੱਖ ਚੱਕਤੇ ਗਰੀਬੀਆਂ ਗੰਨੇ ਵੀ ਦਿਖਾ ਜਾ ਕੇ ਦਿਖਾ ਕੇ 6 ਵਜੇ ਲੱਗਿਆ ਐਂ ਚੱਕਤੇ ਦੇਖਾਂ ਰੋਡ ਤਾਂ ਸਾ। ਹਲੋ ਜੀ ਆ ਸਪਰੇ ਬਾਈ ਗੰਨੇ ਪਰ ਕਿੰਨੇ ਦਿਨ ਹੋ ਗਏ ਜੀ ਹੋਈ ਨੂੰ? ਪਰਸੋਂ ਮਾਰੀ ਦੀ ਬਾਈ ਦੇਖੋ ਕੱਖ ਤਾਂ ਪੂਰੀ ਜਮਾਂ ਹੀ ਚੱਕਦਾ ਬਾਈ ਪੂਰੀ ਦੇ ਗੰਨੇ ਮਾਪੀ ਬਾਈ ਕੱਖ ਸੋਹਣਾ ਹੈ ਪੂਰੀ ਉਹ ਭੇਡਾ ਫੇਰ ਦੋ ਹਾਂ ਪ੍ਰਧਾਨ ਨੂੰ ਕਿਹੜਾ ਪੈਣਾ ਭੇਡਾ ਹਾਂ ਇਹ ਭੇਡਾ ਫੇਰਨੇ ਨੀ ਇੱਕ ਵਾਰ ਖੱਬਲ ਹੇਠਾਂ ਗਿਰ ਗਿਆ ਇਹਨੇ ਆਪਣੀ ਗਰਦਨ ਮਚੋਲੀ ਗੰਨੇ ਨੇ ਭਰਾ ਜਾਣਾ 10-20 ਦਿਨਾਂ ਤੇ ਪਾਣੀ ਪੂਣੀ ਲਾਉਂਦੇ ਦੂਏ ਤੀਏ ਦਿਨ ਜਿਹੜਾ ਲੱਗਦਾ ਦੂਏ ਤੀਏ ਦਿਨ ਲੱਗੀ ਜਾਂਦਾ ਪੂਰੀ ਬੂਟੇ ਬਹੁਤ ਚੱਲੇ ਯਾਰ ਪਹਿਲਾਂ ਨੀ ਚੱਲੇ ਹੈਗੇ ਹੁਣ ਚੱਲ ਪਏ ਬੂਟੇ ਹੌਲੀ ਹੌਲੀ ਚੱਲਦੇ ਨਹੀਂ ਨਹੀਂ ਹੁਣ ਤਾਂ ਬੂਟੇ ਬਹੁਤ ਸੋਹਣੇ ਹੋਏ ਤੇਰੇ ਅੱਜ ਪੂਰੇ ਵਧੀਆ ਬੂਟੇ ਆ ਪਟਾ ਦੀਏ ਹੁਣ ਹਾਂ ਹਾਂ ਲਵਾਵਾਂ ਲਿਆਵਾਂ ਫਿਰ ਠੇਕੇਦਾਰ ਨੂੰ ਲਵਾ ਦੀਏ ਰੇਟ ਦੇਖ ਲੈ ਲਵਾ ਦਿੰਦੇ ਆ ਕਿੰਨੇ ਕਿਤੇ ਵੇਚਣੇ ਕਿੰਨੇ ਲੱਖ ਦੇ ਲੱਖਾਂ ਦੇ ਕਿਤੇ ਹਾਂ ਹਜ਼ਾਰਾਂ ਦੀ ਹੈ ਲੱਖਾਂ ਦਾ ਪੂਰੀ ਐਂ ਦਾ ਜੇ ਹੁਣ ਬਾਈ ਬੂਟੇ 4-5 ਸਾਲ ਦੇ ਕੇਲੇ ਦਾ 5-6 ਲੱਖ ਨੂੰ ਜਾਂਦਾ ਜੀ ਚੰਗਾ ਜੇ ਚੰਗਾ ਬੂਟਾ ਜਿਹੜਾ ਬੂਟੇ ਦੀ ਮਾਰਕੀਟ ਹੈਗੀ ਅਸੀਂ ਗਏ ਤੇ ਜੀ ਇੱਧਰ ਮੌਜਲੀ ਪਰਗੰਦੀ ਨੂੰ ਕੋਈ ਖੇਤ ਖਾਲੀ ਨਹੀਂ ਹੈ ਮਤਲਬ ਲਗਾਤਾਰ ਬੂਟੇ ਹੋ ਗਏ ਪੱਧਰ ਤੇ ਬੂਟਾ ਹੋ ਗਿਆ ਮਤਲਬ ਜੀਰੀ ਵਾਲਾ ਸਿਸਟਮ ਖਤਮ ਹੋ ਗਿਆ ਜੀ ਬੂਟਾ ਹੀ ਹੈ ਜਿੱਧਰ ਮਰਜ਼ੀ ਨਿਗਾਹ ਮਾਰੋ ਪੂਰੀ ਰੇਟ ਰੂਟ ਦਾ ਪਤਾ ਨੀ ਵੀ ਲਵਾਈ ਬਹੁਤ ਪੂਰੀ ਦਿਲ ਕਈ ਹੋ ਗਏ ਜ਼ਮੀਨਾਂ ਵੀ ਘਟ ਗਈਆਂ ਜ਼ਮੀਨਾਂ ਵੀ ਘਟ ਗਈਆਂ ਕਿਲਾ 2 ਕਿਲੋ ਕਹਿੰਦਾ ਬੁੱਟੇ ਲਾ ਛੱਡ ਪਰੇ ਸਹੀ ਗੱਲ ਹੈ ਵੀ ਕਿਹੜਾ ਕੱਦੂ ਕਰਦਾ ਫਿਰ ਬੀਆਂ ਦੇ ਮਗਰ ਫਿਰ ਗੱਲ ਪੂਰੀ ਆਪਣੀ ਦੇਖ ਲਾ ਉਹ ਕਿੰਨੇ ਵਧ ਗਏ ਸੂਏ ਪਰ ਵਾਲੀ ਪਹੀ ਨੂੰ ਬਹੁਤ ਵਧ ਗਏ ਅਸੀਂ ਗਏ ਮੌਜਲੀ ਪਰ ਕਹਿੰਦੇ ਨੂੰ ਜੀ ਮਤਲਬ ਸੜਕ ਠੰਡੀ ਪਈ ਦੀ ਸ਼ਾਮ ਨੂੰ ਵੀ ਧੁੱਪ ਨਹੀਂ ਪੈਂਦੀ ਮੈਂ ਉਰੇ ਦੇ ਵੜ ਕੇ ਨਾ ਹਾਂਜੀ ਅੱਪ ਲਿਆਣ ਤੇ ਵੜ ਕੇ ਆਏ ਨੂੰ ਹਾਂਜੀ ਹਾਂ ਵਿੱਚੇ ਵਿੱਚ ਬੇਲੇ ਨਿਕਲਿਆ ਤਾਂ ਉਹ ਦੇਖਿਆ ਕਿੰਨੇ ਬੂਟੇ ਕਹਾਂ ਜੰਗਲ ਬਣਿਆ ਪਿਆ ਵਧੀਆ ਬਣਾਇਆ ਪੂਰੀ ਐਨ ਬਾਬਾ ਕਹਿੰਦਾ ਯਾਰ ਕੀਲੇ ਦਾ ਜੇ ਸਹੀ ਰੇਟ ਰਹੇ ਕਹਿੰਦਾ 1 ਲੱਖ ਰੁਪਏ ਆਈ ਜਾਂਦਾ ਸਾਲ ਦਾ ਹੋਰ ਕਿਆ ਚਾਹੀਦਾ ਕਈ ਇਹਨੇ ਇੱਕ ਨਹੀਂ ਕਰਿਆ ਭੈਣੀ ਵੀ ਇੱਕ ਨਹੀਂ ਕਰਿਆ ਇੱਕ ਬੰਦੇ ਨੇ ਹਾਂ ਅੱਜ ਲੈਣੇ ਹੀ ਲੈ ਇੱਕ ਲੈਣ ਹਰੇਕ ਸਾਲੇ ਵਟਾ ਦਿੰਦਾ ਉਹ ਵੀ ਠੀਕ ਹੈ ਖਰਚੇ ਜੋਗੀ ਹਾਂ ਆ ਜੇ ਘੱਟ ਜ਼ਮੀਨ ਹੈ ਤੇ ਜਾ ਕਿੰਨੇ ਕੀਲੇ ਆ ਉਹਦੇ ਪਾ ਨਾ ਨਾ ਠੀਕ ਹੈ ਜੀ ਹਰੇਕ ਸਾਲੇ ਇੱਕ ਲੈਣ ਵਟਾ ਦਿੰਦਾ ਪੂਰੀ 2 ਮੇਲ ਦੀ ਕਰੀ ਹੈ ਹਾਂ ਕੱਖ ਹੈ ਤਾਂ ਕੱਖ ਨਹੀਂ ਇੱਕ ਡੋਰੀ ਲੈਦੀ ਕੋਲ ਨਹੀਂ ਇੱਕ ਹਾਂ ਲੈਦੀ ਕੋਲ ਨਹੀਂ ਇੱਕ ਮਾ ਕੰਮ ਨਹੀਂ ਦਗਾਨੇ ਫੁੱਟ ਜਾਂਦੀ ਹੈ ਫਰ ਕਹਿੰਦੇ ਫੁੱਟ ਜਾਂਦੀ ਹੈ ਬਾਈ ਨੇ ਹੋਰ ਕਰੀ ਹੈ ਬਾਈ ਇੱਧਰ ਕਿੱਥੇ ਗਈ ਬਾਈ ਆ ਬਾਈ ਹੈ ਜੈਡ ਬਲੈਕ
ਪੂਰੀ ਲੋਹਰ ਪਾ ਕੇ ਚੱਲਦਾ ਕੰਮ, ਪੱਛੀਆਂ ਵੱਜਦੀਆਂ ਹੋਣੀਆਂ ਨਾ ਹੇਠ ਤੇ, ਆ ਪੱਛ ਲੱਗਦੇ ਆ ਗੰਨੇ ਦੇ, ਬਾਹਾਂ ਵਰ ਵੀ ਲੱਗੇ ਹੱਥਾਂ ਵਰ ਚੀਰੇ ਪੈਂਦੇ ਹੋਣੇ ਆ ਇਹ ਫੇ ਹੱਥ ਇਹਦੇ ਕਰਕੇ, ਹਾਂ ਹੈਂਡਲ ਉਹ ਇਹਨਾਂ ਨਾਲ ਚੱਲ ਇੰਨਾ ਬੈਟਰੀਆਂ ਨਾਲ ਐ ਹੋਈ ਜਾਂਦਾ ਉਹਦੇ ਨਾਲ ਨਹੀਂ ਮੈਂ ਹੈਂਡਲ ਪੂਰੀ ਜੇ ਉੱਪਰ ਸਪਰੇਅ ਦੇ ਰੱਬ ਨੂੰ ਵਿਕਦੇ ਨੇ ਕਰਦੇ ਗੰਨਿਆਂ ਗੁੰਨਿਆਂ ਪਰ ਉਹ ਸਾਰਾ ਕੁਝ ਫੂਕ ਦੂ ਬੂਟੇ ਬਾਟੇ ਵੀ ਰੁੱਸ ਦੂ ਹੈ ਸਾਰਾ ਕੁਝ ਫੂਕ ਦੂ ਚੱਲ ਕਿਚਰੇ ਕੰਮ ਲਓ ਜੀ ਬਾਈ ਰਾਤ ਨੂੰ ਕੰਮ ਚੱਲਦਾ ਹੋਇਆ ਡੰਡੇ ਕੱਢਣ ਦਾ ਰੋਡੀ ਫੜਿਆ ਰਾਤ ਨੂੰ ਰੋਡੀ ਆਖਿਆ ਕਰਤਾ ਪਿੱਛੇ ਨੱਕਾ ਤੇਰੇ ਇਹ ਕਿਆ ਹੋਊਗਾ ਹਿੱਲ ਗਿਆ ਹਾਂ ਬਾਈ ਰਾਤੇ ਰਾਤ ਪੰਦੀ ਵੀਰ ਦੇਣੀ ਗਲਤ ਹੋ ਗਿਆ ਕੰਮ ਕਿੰਨਾ ਕੁ ਜ਼ੋਰ ਮਾਰਿਆ ਤਾ ਇੱਥੇ ਕਰਦੇ ਮੈਂ ਵੀ ਦੇਖਣਾ ਤਾ ਲੋਹਾ ਹੀ ਲੱਗੇ ਹੋਏ ਰਾਤ ਨੂੰ ਹਨੇਰੇ ਦੇ ਵਿੱਚ ਰੋਡੀ ਕਾਬੂ ਕਰਿਆ ਰੋਡੀ ਕੇ ਯਾਰੀ ਦੋਸਤੀ ਹੈ ਬਾਈ ਇਹ ਬੰਦਾ ਗੁੱਡ ਇੱਕ ਫੋਨ ਮਾਰੇ ਤੇ ਹਾਜ਼ਰ ਹੋ ਜਾਂਦਾ ਹੈ ਪਿਆਰ ਰੋਡੀ ਕਹਿੰਦਾ ਛੇਵਾਂ ਡੰਡਾ ਕੱਢ ਉਰੇ ਛੇਵਾਂ ਡੰਡਾ ਕੱਢਤਾ ਉਰੇ ਬਾਕੀ ਬਾਈ ਪਰਲੀ ਸਾਈਡ ਨੂੰ 6 ਡੰਡੇ ਕੱਢੋਗੇ ਇੱਧਰ ਰਾਜੂ ਬਾਈ ਵੀ ਆਇਆ ਮੈਨੂੰ ਫੋਨ ਆਇਆ ਤੇ ਕਿਉਂਕਿ ਉਰੇ ਬਾਈ ਸਰਕਾਰੀ ਉਹ ਫਿਰਦੀ ਹੈ ਕਹਿੰਦੇ ਕਪੈਨਾ ਰਾਤ ਨੂੰ ਫਿਰ ਕੰਮ ਖਰਾਬ ਕਰ ਜਾਂਦੀ ਕਿਤੇ ਸਾਰੀਆਂ ਵੱਟਾਂ ਪਈਆਂ ਵਟਾ ਜਵੇ ਰਾਤ ਨੂੰ ਚੱਲਦੀਆਂ ਉਹ ਨਾ ਨਾ ਅਸੀਂ ਰੋਡ ਆ ਗਿਆ ਬਥੇਰਾ ਜ਼ੋਰ ਇਹਨੇ ਰੋਡੇ ਕੱਢ ਦੇਣਾ ਜੜ ਤੇ ਰੋਟੀ ਜ਼ਿਆਦਾ ਬਰਮਾ ਟੁੱਟ ਜਾਵੇ ਜਾਂ ਰੋਡਾ ਟੁੱਟ ਜਾਵੇ ਇੱਕ ਕੰਮ ਹੋ ਜਾਵੇ ਕਿਹੜਾ ਬਿਜਲੀ ਵਾਲਾ ਪੈਟਰੋਲ ਵਾਲਾ 20 ਰੁਪਏ ਦੇ ਲਿਫਾਫੇ ਲਿਆ ਕੇ ਬੰਨਣੇ ਆਪਾਂ ਨੇ ਬਾਈ ਗਿਆ ਵਾਸਤੇ ਨਾ ਜੈੱਡ ਸਕਿਉਰਟੀ ਕਰਨੀ ਪੈਂਦੀ ਨਾਲੇ ਰਾਤ ਨੂੰ ਨਿਗਾਹ ਰੱਖ ਲਊਗੇ ਨਿਕਲਦੇ ਇੱਥੇ ਜੀ ਇੱਥੇ ਪਤਾ ਨਹੀਂ ਕਿੱਧਰ ਰਹਿੰਦੀਆਂ ਹੈ ਜੇ ਕਿਤੇ ਪਿੰਡ ਪਹੀ ਚ ਨੂੰ ਲੰਘ ਗਈ ਮੈਂ ਮੋਕੇ ਮੋਕ ਮਾਰੀ ਪਈ ਹੈ ਹਾਂ ਰੋੜਾ ਵਰਤਾ ਰੋਟੀ ਚੱਲ ਆਪਾਂ ਉੱਧਰ ਲਿਆਈਏ ਥੋੜ੍ਹੀ ਟੋਆ ਮਾਰ ਦੇ ਇਹ ਫਤਿਹ ਕਰਕੇ ਜਾਣਾ ਬਾਕੀ ਬਾਈ ਇਹਨਾਂ ਦਾ ਸਿਸਟਮ ਕਿਆ ਕਰਨਾ ਪਰਲੇ ਕਿਆਰੇ ਦਾ ਪਰੇ ਤੇ ਪਾਣੀ ਉਰੇ ਵਾਲ ਦੌਰੇ ਤੇ ਠੀਕ ਨੀ ਬਾਪੂ ਵੀ ਆ ਗਿਆ ਬਾਈ ਡੰਡੇ ਦਾ ਹੋ ਗਏ ਪੂਰੇ ਜੀ ਨਹੀਂ ਹੋ ਗਿਆ ਪੂਰਾ ਹਾਂ ਰੋਟੀ ਜ਼ੋਰ ਕਿੰਨਾ ਕੁ ਲੱਗਦਾ ਦੁਪਹਿਰ ਨੂੰ ਤੇ ਨਿਕਲਦੇ ਗਰਮੀ ਜ਼ਿਆਦਾ ਹੋ ਜਾਂਦੀ ਹੈ ਰੋਟੀ ਇੰਨੇ ਤਕੜੇ ਡੰਡੇ ਨੇ ਇੱਕ ਊਂ ਪੜਦਾ ਜਾ ਇਹਨਾਂ ਦਾ ਇਹ ਖੱਡੇ ਬਾਈ ਪਤਾ ਕਿਹੜੇ ਤਰੀਕੇ ਖੱਡੇ ਆ ਇੱਕ ਰੋਟੀ ਨੇ ਇੱਕ ਮੈਂ ਇੱਕ ਫੇਰ ਰੋਡੀ ਨੇ ਇੱਕ ਫੇਰ ਮੈਂ ਫੇਰ ਗਾਹਾਂ ਦੋ ਰੋਡੀ ਨੇ ਇਕੱਠੇ ਕਰਤੇ ਮੈਂ ਉਧਰ ਰੱਸੀ ਬੰਨਣ ਲੱਗ ਗਿਆ ਤਾ ਰੋਡੀ ਕਹਿੰਦਾ ਮੈਂ ਤਾਂ ਸ਼ਾਮ ਨੂੰ ਜ਼ੋਰ ਮਰਾ ਲਿਆ ਕਰੋ ਦਿਨ ਵਾਲਾ ਕੋਈ ਕੰਮ ਨੀ ਦਿਨ ਮਾ ਮੈਂ ਫਾਇਦਾ ਨਾ ਚੱਕੋ ਮੈਂ ਹੁੰਦਾ ਨੀ ਕਰਤਾ ਪੱਕਾ ਕੰਮ ਇੱਕ ਬਾਈ ਮੈਂ ਬੰਨਤੀ ਬਾੜ ਕਰਤੀ ਦੇਖੋ
ਸ਼ਾਮ ਨੂੰ ਇਕੱਠੇ ਹੋਣੀ ਹੋਣਾ ਹੈ ਨਾ ਨਾ ਠੀਕ ਹੈ ਇਹ ਕਹਿੰਦਾ ਟਾਇਟ ਜੀ ਬੰਨੀ ਦੇਖ ਕੇ ਕਾਠੀ ਗੋਲਾ ਤਾਂ ਉੱਥੇ ਪਾਇਆ ਪਾਇਆ ਲਫਾਫੇ ਦੇ ਵਿੱਚ ਰਹਿਣ ਦੀ ਕੱਢੀ ਨਾ ਠੀਕ ਹੈ ਇੱਥੇ ਗੱਠ ਦੇ ਦੀ ਘੁਮਾ ਕੇ ਗੋਲ ਘੁਮਾਉਣ ਗਏ ਤੇ ਗੱਠੇ ਦੇ ਦੀ ਮਾਲ ਬਥੇਰਾ ਏ ਦੋ ਵਾਰ ਗੇੜਾ ਦੇ ਕੇ ਗੱਠ ਦੇ ਦੇ ਟਾਇਟ ਜੀ ਕਰ ਲਈ ਬਸ ਬਸ ਰੋਟੀ ਕੋਈ ਲੋੜ ਨਹੀਂ ਤੈਨੂੰ ਬਸ ਇੱਥੇ ਗੱਠ ਦੇ ਦੀ ਦੋ ਵਾਰ ਦੂਰੀ ਜੀ ਕਰਕੇ ਇੱਕ ਹੋਰ ਦੇ ਦੇ ਸ਼ਾਮ ਨੂੰ ਆਏ ਹੁੰਦਾ ਠੰਡਾ ਹੁੰਦਾ ਬਾਈ ਰਾਤ ਨੂੰ ਕਬਜ਼ਾ ਲੈਣਾ ਹੁੰਦਾ ਬਾਉਂਡਰੀ ਵਾਲੀ ਲੈਣ ਪਰ ਕਬਜ਼ਾ ਹੀ ਆ ਗਏ ਤੇ ਆ ਦੇਖ ਲੋ ਇੱਧਰ ਦੀ ਸਕਿਉਰਿਟੀ ਗਾਰਡ ਪਨੀਰੀ ਰਾਖੀ ਕਰਦੇ ਹੋਏ ਆਪਣੀ ਦੀ ਬਾਈ ਬਹੁਤਾ ਮਹਿੰਗਾ ਸੌਦਾ ਨੀ ਹੈਗਾ ਇਹ ਕਿੰਨੇ ਦਾ ਆ 140 ਰੁਪਏ ਦਾ ਆਇਆ ਬਾਈ ਇਹ ਲੱਗਣਾ ਤਾਂ ਵੈਸੇ ਅੱਧਾ ਕੇ ਆ ਮੰਨ ਕੇ ਚਲੋ 50 ਰੁਪਏ ਦਾ ਲੱਗਦਾ ਇਹ ਬਾਕੀ ਡੰਡੇ ਸੋਟੇ ਲੱਗਦੇ ਆ ਇੱਕ ਵਰਮਾ ਜ਼ੋਰ ਲੱਗਦਾ ਥੋੜਾ ਜਿਹਾ ਜ਼ੋਰ ਲੱਗਦਾ ਜ਼ੋਰ ਲੱਗ ਚੱਲ ਕੰਮ ਘਰੇ ਪਏ ਕਹਿਣਾ ਜ਼ੋਰ ਤਾਂ ਕਿਆ ਲੱਗਣਾ ਉਹ ਤਾਂ ਹੈਗਾ ਜੀ ਫਰਕ ਨੀਵਾਂ ਕਰ ਲੈ ਮਾੜਾ ਜਿਹਾ ਆਪਣਾ ਇੱਕ ਗੇੜ ਉੱਪਰ ਹੋ ਰਿਹਾ ਨਾ ਕਿਆ ਕਹਿੰਦਾ ਉਹ ਨੀਵਾਂ ਕਰ ਲੈ ਮਾੜਾ ਆਪਣਾ ਗੇੜ ਉੱਪਰ ਹੋ ਰਿਹਾ ਇੱਕ ਅਸੀਂ ਵੀ ਰੋਟੀ ਦੁਪਹਿਰ ਦੇ ਲੱਗੇ ਪੈ ਜੀ ਖੇਤ ਪਰ ਪਹਿਲਾਂ ਵਾਹਿਆ ਪਾਗਾਂ ਮਾਰ ਕੇ ਤਿਆਰ ਕਰਤਾ ਫਿਰ ਨਾ ਪਨੀਰੀ ਭਿਓਈ ਬੀਜ ਬਾਕੀ ਪਾਣੀ ਛਿੜਕਤਾ ਪਾਣੀ ਛਿੜਕਣਾ ਇੱਕ ਵਾਰ ਜਾ ਕੇ ਫਿਰ ਦੇਖਦੇ ਵੀ ਸਵੇਰੇ ਬੀਜਣ ਜੋਗੀ ਹੋਊਗੀ ਜਾਂ ਸ਼ਾਮ ਨੂੰ ਬਾਕੀ ਰੋਟੀ ਦੇ ਹੱਥ 'ਚ ਬਾਈ ਲਿਫਾਫਾ ਫੜਿਆ ਪਿਆ ਇਹ ਉਹਦੇ ਵਿੱਚ ਪੈਕ ਕਰੀ ਵੀ ਤੁਹਾਨੂੰ ਦਿਖਾਉਂਦੇ ਵੀ ਤਾਂ ਹੀ ਬਚੀ ਵੀ ਇਹ ਰੋਟੀ ਦਿਖਾਈ ਕਿਵੇਂ ਕਵਰ ਕਰਿਆ ਪਿਆ ਅਰੇ ਇੱਕ ਵਿੱਚ ਨੂੰ ਕੱਢ ਲਈ ਬਾਈ ਉੱਪਰ ਲਿਫਾਫੇ ਨੂੰ ਆਇਆ ਦੋਹਾਂ ਸਾਈਡ ਤੇ ਫੜ ਲਓ ਇੱਥੇ ਨੂੰ ਨਿਕਲੀ ਜਾਣੀ ਇਹ ਲਿਫਾਫਾ ਨਹੀਂ ਖੋਲਣਾ ਆਪਾਂ ਨੇ ਦਿਮਾਗ ਲੈਣਾ ਆਪਣਾ ਦੇ ਲਓ ਬਾਈ ਦਿਮਾਗ ਦਾ ਕੰਮ ਜੇ ਇੱਕ ਵਾਰ ਖੁੱਲ ਗਈ ਉਲਝ ਜਾਂਦੀ ਫਿਰ ਇਹ ਨਾ ਨਾ ਆਪਾਂ ਨੇ ਚੱਲ ਆਪਣੇ ਤਰੀਕੇ ਕਿ ਲਿਫਾਫਾ ਪਾ ਕੇ ਉੱਪਰ ਗੱਠ ਮਾਰ ਕੇ ਵਿੱਚ ਨੂੰ ਕੱਢ ਲਈ ਵੀ ਇੱਥੇ ਦੀ ਆਪਣੇ ਆਪ ਨਿਕਲੀ ਜਾਂਦੀ ਹੈ ਵੈਸੇ ਲੱਗ ਜਾਵੇ ਫਾਇਦਾ ਹੀ ਹੈ ਅਗਲੇ ਨੂੰ ਪਤਾ ਲੱਗਿਆ ਰਹਿੰਦਾ ਵੀ ਇੱਥੇ ਪਨੀਰੀ ਵਿੱਚ ਵਰਮਾ ਪਿਆ ਨਾ ਨਾ ਬਰਮਾ ਲੈ ਜੂਗੇ ਹਾਲੇ ਇੱਕ ਗੇੜ ਹੋਰ ਆਉਣਾ ਨਾ ਉਹਨੂੰ ਹੈਂ ਚੱਲ ਫਿਰ ਕੰਮ ਆਜੂ ਘਰ ਨਹੀਂ ਰੋਟੀ ਮੈਂ ਕਹਿੰਦਾ ਇਹ ਉਰੇ ਤੇ ਲੈ ਗਏ ਉਹ ਮੰਡ ਵਾਲੇ ਗੁਰਦੁਆਰੇ ਤੱਕ ਪਹੁੰਚ ਜਾਵੇ ਐਡਾ ਲੰਬਾ ਹੈ ਹੈਂ ਹੈਂ ਉਹ ਬਹੁਤ ਬੜਾ ਹਿੱਲਿਆ ਕਿੰਨਾ ਗਾ ਆਪਣੇ ਸਾਰੀ ਜ਼ਮੀਨ ਪਰ ਘੁੰਮ ਜਾਣਾ ਉਰੇ ਤੇ ਨੋ ਬਾਈ ਸਿੰਗਲ ਬਾਉਂਡਰੀ ਹੋ ਗਈ ਤੇ ਬਾਰਮਾ ਦੂਰੀ ਚੱਲ ਪੈਣੀ ਬਾਕੀ ਤੁਹਾਨੂੰ ਕੱਲ੍ਹ ਦਿਨ ਮਾ ਦਿਖਾਉਂਗੇ ਇੱਕ ਮਾਰਨਾ ਠੀਕ ਨਹੀਂ